ਕਦੇ ਅੰਦਰ 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 ਹੀ ਵੜ ਜੇ ਯਾਰ ਤੇ ਨੱਚਣਾ ਪੈਂਦਾ ਨੇ ਸਾਹਮਣੇ ਹੋ ਕੇ ਯਾਰ ਤੇ ਨੱਚਣਾ ਗੱਲ ਵਸੋਂ ਬਾਹਰ ਹੋ ਗਈ ਤੇ ਉਹਨੂੰ ਨੱਚਣਾ ਪੈ ਗਿਆ ਗੱਲ ਲਿਖਣ ਨੂੰ ਮੇਰੇ ਵੱਲੋਂ ਗਾਉਣ ਨੂੰ ਤੁਹਾਡੇ ਸੁਣਨ ਨੂੰ ਜੀ ਬੜੀ ਮਿਹਰਬਾਨੀ ਗੱਲ ਤਾਂ ਇੰਨੀ ਹੋਣਾ ਕਿ ਗੱਲ ਭਾਈ ਵਸੋਂ ਬਾਹਰ ਹੋ ਗਈ ਤੇ ਨੱਚਣਾ ਪੈ ਗਿਆ ਹੁਣ ਇੱਥੇ ਸਵਾਲ ਇਹ ਖੜਾ ਹੋ ਗਿਆ ਕਿ ਭਾਈ ਐਸੇ ਉਹ ਕਿਹੜੇ ਕਿਰਦਾਰ ਆ ਜਿਹਨਾਂ ਦੀ ਗੱਲ ਵਸੋਂ ਬਾਹਰ ਹੋ ਗਈ ਕਿਉਂਕਿ ਨੱਚੇ ਉਹੀ ਹੈ ਜਿਹਨਾਂ ਦੀ ਗੱਲ ਵਸੋਂ ਬਾਹਰ ਹੋਈ ਹੈ ਉਹ ਭਾਵੇਂ ਤੂੰਬੇ ਦੀਆਂ ਤਾਰਾਂ ਤੇ ਨੱਚ ਲੈ ਭਾਵੇਂ ਫਿਰ ਬਾਬੇ ਦੀਪ ਸਿੰਘ ਵਾਂਗੂ ਖੰਡੇ ਦੀਆਂ ਤਾਰਾਂ ਤੇ ਨੱਚ ਲੈ ਭਾਵੇਂ ਭਾਈ ਵੀਰਾਂ ਵਾਂਗੂ ਵ੍ਰਿੰਦਾਵਨ ਦੇ ਮੰਦਰਾਂ ਦੇ ਬਾਹਰ ਖੜ ਕੇ ਨੱਚ ਲੈ ਨੱਚੇ ਉਹੀ ਆ ਜਿਹਨਾਂ ਦੀ ਵਸੋਂ ਬਾਹਰ ਨਹੀਂ ਤਾਂ ਕਹਿਣ ਨੂੰ ਤਾਂ ਕਈ ਵਿੱਚ ਮੈਨੂੰ ਕਹਿੰਦੇ ਹੈ ਕਿ ਜਦੋਂ ਲੋਈ ਲੈ ਕੇ ਨੱਚਦਾ ਹੈ ਇਉਂ ਲੱਗਦਾ ਤੇਰੀ ਗੱਲ ਵਸੋਂ ਬਾਹਰ ਹੋਈ ਪਈ ਹੈ ਉਹ ਮੈਂ ਕਿਹਾ ਉਹ ਭਰਾਵਾ ਮੈਂ ਤੈਨੂੰ ਕੀ ਦੱਸਾਂ ਮੈਂ ਪਹਿਲਾਂ 2 ਲੱਖ ਲੈਣਾ ਮੇਰੀ ਗੱਲ ਫਿਰ ਵਸੋਂ ਬਾਹਰ ਹੁੰਦੀ ਹੈ ਦੇਖ ਤਾਂ ਸਹੀ ਨਾ ਇੱਥੇ ਸਭ ਕੁਛ ਕੰਡੀਸ਼ਨਲ ਹੈ ਫਿਰ ਵੀ ਕਹਿੰਦੇ ਗੱਲ ਵਸੋਂ ਬਾਹਰ ਹੈ ਉਹ ਕਹਿੰਦਾ ਤਾਨ ਸਿੰਘ ਤੇ ਹਰੀਦਾਸ ਚ ਹੀ ਫਰਕ ਹੈ ਤਾਨ ਸਿੰਘ ਭਾਵੇਂ ਪੁੱਜੇ ਹੋਏ ਦੀਪ ਜਗਾਉਂਦਾ ਭਾਵੇਂ ਮੀਂਹ ਪਵਾਉਂਦਾ ਪਰ ਮੋਹਰਾਂ ਦੇ ਬਦਲੇ ਗਾਉਂਦਾ ਕੰਡੀਸ਼ਨਲ ਹੈ ਪ੍ਰੇਮ ਉਹੀ ਆ ਬਾਬਾ ਜਿਹੜਾ ਅਨਕੰਡੀਸ਼ਨਲ ਹੈ ਜਿੱਥੇ ਵਿੱਚ ਖੜ ਗਿਆ ਨਾ ਕਿ ਮੈਂ ਤੇਰੇ ਲਈ ਆ ਕੀਤਾ ਤੇ ਹੁਣ ਤੂੰ ਐਂ ਕਰੀ ਜੇ ਨਾ ਕੀਤਾ ਤਾਂ ਫਿਰ ਹਿਸਾਬ ਦਾ ਨਹੀਂ ਪਿਆਰ ਤਾਂ ਉਹੀ ਆ ਬਾਕੀ ਤਾਂ ਵਪਾਰ ਹੈ ਜਿਹੜੇ ਪ੍ਰੇਮੀ ਆ ਉਹ ਤਾਂ ਇੱਕੋ ਹੀ ਗੱਲ ਗਾਉਂਦੇ ਆ ਕਿ ਨੀ ਮੇਰੀ ਮੰਗਣੀ ਹੋ ਗਈ ਮੇਰੀ ਮੰਗਣੀ ਹੋ ਗਈ ਸਖੀਓ ਸਤਿਗੁਰਾਂ ਦੇ ਵੇਲੇ ਮੇਰੀ ਮੰਗਣੀ ਹੋ ਗਈ ਸਖੀਓ ਸਤਿਗੁਰਾਂ ਦੇ ਵੇਲੇ ਆ ਮੇਰੀ ਜੰਝ ਵੀ ਆ ਗਈ ਨੀ ਆ ਮੇਰੀ ਜੰਝ ਵੀ ਆ ਗਈ ਨੀ ਸਖੀਓ ਸਾਧੂ ਸੰਤ ਬਥੇਰੇ ਆ ਮੇਰੀ ਜੰਝ
पंडित बन गए ने, गुरु पंडित बन गए ने, सखियो दे ते नाम नाल फेरे, मेरी मंगली हो गई सखियो सत गोरा दे, मेरी हो गई सखियो सत गोरा दे, मेरी मंगली हो गई सखियो सत गोरा दे, आंगन हो जे वसू बात ते नचना पैंदा सीटियां।